ਪੰਜਾਬ ਭਰ ਦੇ ਵਿੱਚ ਪੰਚਾਇਤ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਵਿੱਚ ਸਰਵਸੰਮਤੀ ਹੋਣ ਤੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਉਸ ਤੋਂ ਬਾਅਦ ਸਮੁੱਚੇ ਪੰਜਾਬ ਦੇ ਅੰਦਰ ਜਿੱਥੇ ਸਰਵਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ, ਉੱਥੇ ਦੂਸਰੇ ਪਾਸੇ ਪਿੰਡਾਂ ਵਿੱਚ ਜੁਆਇਨਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ, ਜਿਸ ਤਹਿਤ ਨਾਭਾ ਬਲਾਕ ਦੇ ਪਿੰਡ ਤੂਹੀ ਵਿਖੇ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਆ ਕੇ ਵੱਡੀ ਗਿਣਤੀ ਵਿੱਚ ਪਰਿਵਾਰ ਵਿਧਾਇਕ ਦੇਵਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਵਿਧਾਇਕ ਦੇਵਮਾਨ ਵੱਲੋਂ ਸਰੋਪਾ ਪਾ ਕੇ ਸ਼ਾਮਿਲ ਕੀਤਾ ਗਿਆ ਤੇ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਬੰਦਾ ਮਾਨ ਸਤਿਕਾਰ ਦੇਣ ਦੀ ਗੱਲ ਕਹੀ ਗਈ। ਜਤਿੰਦਰ ਕੁਮਾਰ ਦੀ ਰਿਪੋਰਟ। ਅੱਜ ਥੋੜੀ ਦੇ ਪਿੰਡ ਤਕਰੀਬਨ ਸਮਝ ਲਓ ਕਿ ਵੀ 100 ਦੇ ਆਸ ਪਾਸ ਪਰਿਵਾਰ ਜਿਹੜੇ ਆ, ਉਹਨਾਂ ਦੇ ਮੋਢੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਆ। ਉਹਨਾਂ ਨੂੰ ਪਾਰਟੀ ਦਾ ਜਿਹੜਾ ਜੀ ਮਫਲਰ ਪਾ ਕੇ ਔਰ ਸਰੋਪਾ ਪਾ ਕੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਜੀਆਂ ਨੂੰ। ਮੈਨੂੰ ਸਾਰਿਆਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ ਜੀ, ਔਰ ਜਿਹੜੇ ਸਿਆਣੇ ਸਮਝਦਾਰ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਸਰਕਾਰਾਂ ਜਿਹੜੀਆਂ ਨੇ ਡਿਵੈਲਪਮੈਂਟ ਕਰਨਾ ਚਾਹੁੰਦੀਆਂ ਨੇ, ਪਿੰਡਾਂ ਦੇ ਵਿੱਚ ਡਿਵੈਲਪਮੈਂਟ ਜਿਹੜੀ ਸਰਕਾਰਾਂ ਦੇ ਜ਼ਰੀਏ ਹੋਣੀ ਹੈ। ਅਤੇ ਇਸ ਕਰਕੇ ਅੱਜ ਥੋਹੀ ਪਿੰਡ ਦੇ ਵਿੱਚ ਬਹੁਤ ਸਾਰੇ ਸੂਝਵਾਨ ਜਿਹੜੇ ਆ ਕਿਸਾਨ ਭਰਾ ਵੀ ਨੇ, ਅਕਾਲੀ ਦਲ ਦੇ ਪੁਰਾਣੇ ਵਰਕਰ ਨੇ ਜਿਹੜੇ, ਉਹ ਸਾਰਿਆਂ ਨੇ ਬੜਾ ਇਹ ਫੈਸਲਾ ਕੀਤਾ ਕਿ ਅਸੀਂ ਸਾਰੇ ਹੀ ਹੁਣ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੱਲਾਂਗੇ ਔਰ ਅਸੀਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਕੰਮ ਕਰਾਂਗੇ। ਅਤੇ ਪਿੰਡ ਜਿਹੜਾ ਅੱਜ ਥੋਹੀ ਬਹੁਤ ਹੀ ਇਤਿਹਾਸਕ ਪਿੰਡ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਛੋਹ ਪ੍ਰਾਪਤ ਦੀ ਧਰਤੀ ਹੈ ਔਰ ਬੜਾ ਪੋਲੀਟੀਕਲ ਪਿੰਡ ਵੀ ਹੈ ਜੀ, ਰਾਜਨੀਤਿਕ ਤੌਰ 'ਤੇ ਬੜੀ ਸਮਝ ਰੱਖਦਾ ਪਿੰਡ। ਅਤੇ ਮੇਰੀ ਇਹਨਾਂ ਨਾਲ ਕਮਿਟਮੈਂਟ ਹੈ ਕਿ ਜੀ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੀ ਵੀ ਸਰਪੰਚ ਹੁਣ ਪੰਚਾਇਤ ਬਣੇਗੀ ਸਾਰੀ ਰਲ ਮਿਲ ਕੇ ਸਰਕਾਰ ਦੇ ਨਾਲ ਪਿੰਡ ਦਾ ਵਿਕਾਸ ਕਰੇਗੀ। ਪਿੰਡ 'ਚ ਖੇਡ ਗਰਾਊਂਡ, ਪਿੰਡ ਦੀਆਂ ਗਲੀਆਂ ਨਾਲੀਆਂ ਸਫਾਈਆਂ, ਧਰਮਸ਼ਾਲਾ, ਗਰੀਬ ਪਰਿਵਾਰਾਂ ਦੇ ਕੱਚੇ ਘਰਾਂ ਦੇ ਪੈਸੇ, ਮਨਰੇਗਾ ਦਾ ਕੰਮ ਸਹੀ ਤਰੀਕੇ ਨਾਲ ਮਿਲੇ, ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਅਸੀਂ ਬਹੁਤ ਗੰਭੀਰਤਾ ਦੇ ਨਾਲ ਇੰਪਲੀਮੈਂਟ ਕਰਾਂਗੇ ਔਰ ਪਿੰਡ ਨੂੰ ਖੁਸ਼ਹਾਲ ਕਰਾਂਗੇ। ਸਕੂਲ 100% ਅੱਛੇ ਤਰੀਕੇ ਨਾਲ ਚੱਲੇਗਾ ਜੀ। ਜਿਹੜਾ 2.5 ਸਾਲ ਦਾ ਪਿਛਲਾ ਬਖਵਾ ਰਿਹਾ, ਬੇਸ਼ੱਕ ਸਰਕਾਰ ਆਮ ਆਦਮੀ ਪਾਰਟੀ ਸੀ, ਹੁਣ ਕੀ ਆ ਸਰਕਾਰ ਦਾ ਫੰਡ ਦੇ ਸਕਦੀ ਹੈ। ਮੈਂ ਕਈ ਕਰੋੜਾਂ ਰੁਪਈਆ ਜਿਹੜਾ ਜੀ ਵਿਧਾਨ ਸਭਾ ਨਾਭਾ ਦੇ ਪਿੰਡਾਂ 'ਚ ਵੰਡਿਆ, ਪਰ ਐਜ਼ ਇਟ ਇਜ਼ ਐਂ ਪਿਆ ਜੀ ਖਾਤਿਆਂ 'ਚ ਲਾਇਆ ਨਹੀਂ। ਅਤੇ ਹੁਣ ਅਸੀਂ ਉਹ ਸਾਰਾ ਜਿਹੜਾ ਨਵੀਆਂ ਸਰਕਾਰਾਂ ਬਣਦੀਆਂ ਨੇ, ਕੁਛ ਪ੍ਰਬੰਧਕਾਂ ਦੇ ਜ਼ਰੀਏ ਅਸੀਂ ਪੈਸਾ ਲਾਇਆ, ਅਤੇ ਉਹ ਜਿਹੜਾ ਰੁਕਿਆ ਹੋਇਆ ਪੈਸਾ ਜਿਹੜਾ ਨਹੀਂ ਯੂਜ਼ ਕੀਤਾ, ਸਾਰਾ ਪੈਸਾ ਹੁਣ ਨਵੀਆਂ ਪੰਚਾਇਤਾਂ ਦੇ ਜ਼ਰੀਏ ਪਿੰਡਾਂ ਦੀ ਡਿਵੈਲਪਮੈਂਟ ਦੇ ਵਿੱਚ ਲਾਇਆ ਜਾਏਗਾ। ਔਰ ਥੋਹੀ ਪਿੰਡ ਦਾ ਜਿਹੜਾ ਸਕੂਲ ਦਾ ਮਸਲਾ ਜੀ, ਪਿੱਛੇ ਜੀ ਬੜੀ ਪ੍ਰੋਬਲਮ ਰਹੀ ਹੈ ਔਰ ਪਿੰਡ ਦਾ ਸਮੂਥਲੀ ਜਿਵੇਂ ਅੱਛੇ ਟੀਚਰ ਨੇ, ਗਰੇਵਾਲ ਸਾਹਿਬ ਸਾਡੇ ਬਹੁਤ ਪੁਰਾਣੇ ਮਿੱਤਰ ਵੀ ਨੇ, ਭਰਾ ਵੀ ਨੇ, ਬੜਾ ਉਹਨਾਂ ਨੇ ਕੰਮ ਕੀਤਾ, ਕੰਮ ਅੱਗੇ ਕਰਨਾ ਵੀ ਹੈ, ਅਤੇ ਸਭ ਨੂੰ ਨਾਲ ਲੈ ਕੇ ਸਕੂਲ ਨੂੰ ਅੱਛੇ ਤਰੀਕੇ ਨਾਲ ਅੱਗੇ ਵਧਾਵਾਂਗੇ। ਸਰਬਸੰਮਤੀ ਹੁਣ ਤੱਕ 13 ਪਿੰਡਾਂ 'ਚ ਹੋ ਚੁੱਕੀ ਹੈ ਜੀ। 147 ਪਿੰਡਾਂ ਦੇ ਵਿੱਚੋਂ 13 ਪਿੰਡਾਂ ਸਰਬਸੰਮਤੀ ਹੋ ਗਈ। ਪਹਿਲੇ ਦਾ ਅੰਕੜਾ ਜਿਹੜਾ ਸੀ 5 ਤਰੀਕ ਨੂੰ ਜਿਵੇਂ ਹੀ ਪੇਪਰ ਸਾਰੇ ਸਬਮਿਟ ਹੋ ਜਾਂਦੇ ਆ, ਜਿਹਨੇ ਵਾਪਸ ਲੈਣੇ ਵਾਪਸ ਲਊਗਾ, ਜਿਹਦੇ ਰਹਿ ਗਏ ਉਸ ਤੋਂ ਬਾਅਦ ਫਿਰ ਅਸੀਂ ਅੰਕੜਾ ਜਾਰੀ ਕਰਾਂਗੇ। ਪਰਮਾਤਮਾ ਕਿਰਪਾ ਕਰੇ ਕਿ ਪਹਿਲੀ ਵਾਰ ਹੋ ਰਿਹਾ ਵਿਧਾਨ ਸਭਾ ਨਾਭਾ ਦੇ ਵਿੱਚ ਕਿ ਐਡੇ ਵੱਡੇ ਪੱਧਰ 'ਤੇ, ਐਡੇ ਵੱਡੇ ਪੱਧਰ 'ਤੇ ਜਿਹੜੀਆਂ ਸਰਬਸੰਮਤੀਆਂ ਹੋ ਗਈਆਂ ਨੇ। ਕਿਤੇ ਸਰਬਸੰਮਤੀ ਹੋਣ ਨਹੀਂ ਦਿੰਦੇ ਜੀ, ਜਾਣ ਬੁੱਝ ਕੇ ਪਿੰਡਾਂ ਧੜੇਬੰਦੀ ਪੈਦਾ ਕੀਤੀ ਜਾਂਦੀ ਸੀ। ਖਾਣ ਪੀਣ ਵਾਲੇ ਸੋਚਦੇ ਜੀ ਵੀ ਸਾਡਾ ਹਫ਼ਤਾ 10 ਦਿਨ ਚੰਗੇ ਨਿਕਲਣਗੇ ਜੀ। ਪਿੰਡਾਂ 'ਚ ਉਹ ਧੜੇਬੰਦੀ ਜਿਹੜੀ ਹੈ ਇੱਕ ਮਹਿਸੂਰ ਬਣ ਗਈ ਕਿ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਵੱਡੇ ਪੱਧਰ 'ਤੇ ਨਹੀਂ ਹੋ ਪਾਈ। ਅਸੀਂ ਉਹ ਧੜੇਬੰਦੀ ਖਤਮ ਕਰਕੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਬੰਦਾ ਸਰਬਸੰਮਤੀ ਕਰੇਗਾ, ਜਿਹੜੀ ਪੰਚਾਇਤ ਸਰਬਸੰਮਤੀ ਕਰੇਗੀ, ਉਹ ਪਿੰਡ ਨੂੰ 5 ਲੱਖ ਰੁਪਇਆ ਸਰਕਾਰ ਵੱਲੋਂ ਇਨਾਮ ਦਿੱਤਾ ਜਾਏਗਾ ਜੀ। ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਮਿਲ ਕੇ ਵਿਧਾਨ ਸਭਾ ਨਾਭਾ ਦੇ 147 ਪੰਚਾਇਤਾਂ ਨੇ 13 ਆਲਰੇਡੀ ਸਰਬਸੰਮਤੀ ਕਰ ਚੁੱਕੀਆਂ ਨੇ, ਤੁਸੀਂ ਵੀ ਸਰਬਸੰਮਤੀ ਕਰੋ ਅਤੇ ਸਰਕਾਰ ਦਾ 5 ਲੱਖ ਦਾ ਨਾਮ ਪਾਓ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਸਰਕਾਰ ਦੀਆਂ ਗ੍ਰਾਂਟਾਂ ਨੇ ਉਹਦਾ ਲਾਹਾ ਲੈ ਕੇ ਪਿੰਡ ਦਾ ਭਲਾ ਕਰੋ। ਸਾਰੇ ਪਾਸੇ ਇਹੀ ਹੈ ਜੀ। ਜਿਹੜੇ ਵੀ ਪਿੰਡ ਤੁਸੀਂ ਜਾਓ, ਉੱਥੇ ਪਿੰਡ ਦੇ ਵਿੱਚ ਕੀ ਹੈ ਜੀ ਕਿ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਕਾਰਜਕਾਰੀ ਰਹੀ ਹੈ ਸਰਪੰਚਾਂ ਦੀ, ਕਈ ਪਿੰਡਾਂ ਦੇ ਵਿੱਚ ਬਹੁਤ ਅੱਛਾ ਕੰਮ ਵੀ ਕੀਤਾ ਜੀ, ਔਰ ਕਈ ਪਿੰਡਾਂ ਦੇ ਵਿੱਚ ਮਤਲਬ ਜਿਹੜਾ ਜੀ ਬਹੁਤ ਨੈਗੇਟਿਵ ਰਿਪੋਰਟ ਹੈ। ਕਈ ਪਿੰਡ ਐਸੇ ਨੇ, ਕਾਲਸਨਾ ਪਿੰਡ ਸਾਡਾ ਭਰਾ ਸਰਪੰਚ ਸੀਗਾ ਜੀ, ਔਰ ਮੇਰੇ ਨਾਲ ਤਾਂ ਬੜੀ ਭਾਈ ਵਾਰਤਾ ਉਹਨਾਂ ਦੀ, ਔਰ ਉੱਥੇ ਸਰਬਸੰਮਤੀ ਹੋ ਗਈ ਹੈ ਜੀ, ਅਤੇ ਉੱਥੇ ਬੜੀ ਅੱਛੀ ਡਿਵੈਲਪਮੈਂਟ
ਕੀਤੀ ਉਹਨਾਂ ਨੇ। ਸਰ ਜਿਹੜੇ ਅੱਛੇ ਕੰਮ ਕਰਦੇ ਉਹਨਾਂ ਲਈ ਤਾਂ ਸਿਰ ਵੀ ਝੁਕਦਾ, ਮੁਬਾਰਕਾਂ ਉਹਨਾਂ ਸਭ ਨੂੰ। ਪਰ ਜਿੱਥੇ ਕਮੀ ਪੇਸ਼ੀਆਂ ਵੱਡੇ ਪੱਧਰ 'ਤੇ ਰਹੀਆਂ ਨੇ, ਹੁਣ ਆ ਸਰਪੰਚੀ ਮੇਨ ਬੇਸ ਹੈ ਜੀ ਪੰਜਾਬ ਦਾ। ਪੰਜਾਬ ਦਾ ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਰਹੇ ਆ, ਸਭ ਤੋਂ ਪਹਿਲਾਂ ਸਰਪੰਚ ਬਣੇ ਸੀ, ਕਿਉਂਕਿ ਜਿਹਨੂੰ ਸਰਪੰਚੀ ਤੋਂ ਗੱਲ ਪਤਾ ਲੱਗ ਗਈ ਪਿੰਡ ਦੀ ਡਿਵੈਲਪਮੈਂਟ, ਕਿਉਂਕਿ ਇਹੀ ਬੇਸ ਆ ਸਾਡੇ ਹਿੰਦੁਸਤਾਨ ਦੀ ਆਬਾਦੀ 80% ਪਿੰਡਾਂ 'ਚ ਰਹਿੰਦੀ ਹੈ ਜੀ। ਪੰਜਾਬ ਦੇ ਵਿੱਚ ਵੀ ਇਹ ਰੁਝਾਨ ਹੈ। ਅਤੇ ਜਦੋਂ ਪਿੰਡ ਡਿਵੈਲਪ ਹੋ ਗਏ, ਪਿੰਡਾਂ ਦੇ ਵਿੱਚ ਚੰਗੇ ਸਕੂਲ ਬਣ ਗਏ, ਚੰਗੇ ਸਿਹਤ ਕੇਂਦਰ ਬਣ ਗਏ, ਚੰਗੀਆਂ ਸੜਕਾਂ ਬਣ ਗਈਆਂ, ਪੀਣ ਵਾਲਾ ਪਾਣੀ ਸ਼ੁੱਧ ਆ ਗਿਆ, ਸਾਡੇ ਕੋਲ ਖੇਡ ਗਰਾਊਂਡ ਆ ਗਏ, ਸਾਡੇ ਕੋਲ ਮਨਰੇਗਾ ਘਰ ਬਣ ਗਏ, ਸਾਡੇ ਕੋਲ ਪੰਚਾਇਤ ਘਰ ਬਣ ਗਏ, ਸਾਡੇ ਕੋਲ ਧਰਮਸ਼ਾਲਾ ਅੱਛੀਆਂ ਹੋ ਗਈਆਂ, ਅਤੇ ਗਰੀਬ ਪਰਿਵਾਰ ਆਪਣੇ ਬੱਚਿਆਂ ਦਾ ਵਿਆਹ ਸ਼ਾਦੀ ਕਰ ਸਕਦੇ, ਤਾਂ ਪਿੰਡ ਬਣ ਗਏ ਸਵਰਗ ਜੀ। ਆਪਣੇ ਨਾਭਾ ਵਿਧਾਨ ਸਭਾ ਦੇ ਪਿੰਡਾਂ ਨੂੰ ਸਵਰਗ ਬਣਾਉਣ ਵਾਸਤੇ ਮੈਂ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਮਿਲ ਕੇ ਸਿਰ ਜੋੜ ਕੇ ਸਰਬਸੰਮਤੀ ਕਰੋ ਅਤੇ ਸਰਕਾਰ ਦਾ 5 ਲੱਖ ਰੁਪਇਆ ਨਾਮ ਪਾਓ ਅਤੇ ਆਪਣੇ ਪਿੰਡ ਨੂੰ ਸਵਰਗ ਬਣਾਓ। ਗੁਰਦਾਸਪੁਰ ਦਾ ਪਿੰਡ ਆ, ਉੱਥੇ ਸਰਪੰਚੀ ਦੇ ਲਈ ਬੋਲੀ ਲੱਗੀ ਆ, 2 ਕਰੋੜ ਤੋਂ ਵੀ ਟੱਪ ਗਈ ਆ, ਅਤੇ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਵੀ ਦਖਲ? ਇੱਦਾਂ ਤਾਂ ਨਹੀਂ ਹੋਣਾ ਚਾਹੀਦਾ, ਵਾਲੀ ਗੱਲ ਮੁੱਕੀ ਨਹੀਂ ਹੈ, ਦੁਬਾਰਾ ਹੋਣਗੇ 10 ਕਰੋੜ ਤੱਕ ਵੀ ਜਾ ਸਕਦੀ ਹੈ, ਕਿਵੇਂ ਦੇਖਦੇ ਹੋ? ਦੇਖੋ ਇੱਦਾਂ ਤਾਂ ਨਹੀਂ, ਬਿਲਕੁਲ ਸਰਬਸੰਮਤੀ ਨਾਲ ਬਿਨਾਂ ਪੈਸੇ ਦੇ ਹੋ ਰਿਹਾ, ਅਤੇ ਇੱਕ ਪਾਸੇ 2-2 ਕਰੋੜ ਦੀਆਂ ਬੋਲੀਆਂ ਲੱਗ ਰਹੀਆਂ। ਦੇਖੋ ਕਈ ਪਿੰਡਾਂ ਦੇ ਵਿੱਚ ਨਾਰਮਲ 25-25, 30-50 ਲੱਖ ਵੀ ਲੱਗਦਾ, ਕਾਹਦੇ ਲਈ ਲੱਗਦਾ? ਜਿਹਨੇ ਸੇਵਾ ਕਰ, ਸਰਪੰਚੀ ਸੇਵਾ ਵਾਸਤੇ ਆ ਜੀ। ਸਰਪੰਚੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ, ਮੈਂ ਵੀ ਗੱਲ ਕਹਿ ਰਿਹਾ ਕਿ ਅਸੀਂ ਸਰਪੰਚਾਂ ਨੂੰ ਨਵਾਂ ਪੈਸਾ ਨਹੀਂ ਜੀ ਖਾਣ ਦੇਣਾ, ਜਿਹੜੇ ਸਰਪੰਚ ਬਣਨਗੇ ਸੋਚ ਸਮਝ ਕੇ ਪਾਉਂਦੇ, ਪਿੰਡਾਂ ਦੀ ਡਿਵੈਲਪਮੈਂਟ ਕੀ ਕਸੂਰ ਆ ਲੋਕਾਂ ਦਾ? ਜਿਹੜੇ ਵੋਟਾਂ ਪਾ ਕੇ ਤੁਹਾਨੂੰ ਹਰ ਵਾਰ ਤੁਹਾਡੇ ਸਿਰ 'ਤੇ ਤਾਸ ਜਾਉਂਦੇ, ਉਹਨਾਂ ਦੇ ਕੰਮ ਨਹੀਂ ਹੁੰਦੇ ਜੀ। ਕੀ ਕਸੂਰ ਆ ਗਰੀਬਾਂ ਦਾ? ਕੀ ਕਸੂਰ ਆ ਕਿਸਾਨਾਂ ਦਾ? ਕੀ ਕਸੂਰ ਆਮ ਲੋਕਾਂ ਦਾ? ਉਹ ਕੋਈ ਕਸੂਰ ਨਹੀਂ ਜੀ, ਉਹ ਵੋਟ ਪਾਉਂਦੇ ਆ ਜੀ। ਪਰ ਜੇ ਚੰਗੀ ਟੀਮ ਹੋਏਗੀ ਤਾਂ ਪਿੰਡ ਦੀ ਡਿਵੈਲਪਮੈਂਟ ਹੋਏਗੀ, ਇਸ ਕਰਕੇ ਪੈਸੇ ਪੂਸੇ ਵਾਲੀ ਬੋਲੀ ਦਾ ਤਾਂ ਮੇਰਾ ਖਿਆਲ ਮੈਂ ਇਹਦੇ ਨਾਲ ਸਹਿਮਤ ਨਹੀਂ ਆ ਜੀ। ਅੱਜ ਥੂਹੀ ਪਿੰਡ ਸਾਡੇ ਛੋਟੇ ਭਤੀਜ ਹਰਪ੍ਰੀਤ ਸਿੰਘ ਦੇ ਘਰੇ ਥੂਹੀ ਦੀ ਕਾਫੀ ਭਗਵੰਤੇ ਸੱਜਣਾਂ ਨੇ ਆ ਕੇ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਕਾਲੀ ਦਲ ਅਤੇ ਕਾਂਗਰਸੀਆਂ ਨੇ ਆ ਕੇ ਆਪ ਪਾਰਟੀ ਜੁਆਇਨ ਕੀਤੀ ਹੈ। ਇਲਾਕਾ ਵਾਸੀ ਨੇ ਵੀ ਸਿਧਿਆ ਦੇਣਾ ਚਾਹੁੰਦੇ ਵੀ ਆਪ ਸਰਕਾਰ ਬਹੁਤ ਸੁਚੱਜੇ ਢੰਗ ਦੇ ਨਾਲ ਸੇਵਾ ਕਰਨੀ ਚਾਹੁੰਦੇ। ਪਿੰਡ ਦੇ ਇੱਕ ਗਰਾਊਂਡ ਦਾ ਕੰਮ ਬੜੇ ਦੇਰ ਦਾ ਲਮਕਦਾ ਆ ਰਿਹਾ, ਜੋ ਮਾਨ ਸਾਹਿਬ ਨੇ ਪੂਰੀ ਜ਼ੋਰਦਾਰ ਜ਼ਿੰਮੇਵਾਰੀ ਲਈ ਆ। ਸਾਨੂੰ ਇਸ ਗੱਲ ਦਾ ਭਰੋਸਾ ਵੀ ਮਾਨ ਸਾਹਿਬ ਜੋ ਕਹਿ ਕੇ ਗਏ ਨੇ ਪੂਰਨ ਤੌਰ 'ਤੇ ਕਰਕੇ ਦਿਖਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਭ ਤੋਂ ਪਹਿਲਾਂ ਅਸੀਂ MLA ਸਾਹਿਬ ਦਾ ਧੰਨਵਾਦ ਕਰਦੇ ਹਾਂ ਜੀ, ਜਿਹੜੇ ਸਾਡੇ ਨਗਰ ਦੇ ਵਿੱਚ ਆ ਕੇ ਇੱਕ ਏਕੇ ਦਾ ਸੁਨੇਹਾ ਦਿੱਤਾ ਜੀ ਇਹਨਾਂ ਨੇ ਕਿ ਤੁਸੀਂ ਭਾਈ ਲੜੋ ਨਾਲ ਪਿੰਡ ਦਾ ਵਿਕਾਸ ਕਰੋ। ਕਾਫੀ ਪਿੰਡ ਦਾ ਵਿਕਾਸ ਰੁਕਿਆ ਹੋਇਆ, ਜਿਵੇਂ ਸਾਡੇ ਟੋਬੇ ਦੀ ਸਮੱਸਿਆ ਬਹੁਤ ਜ਼ਿਆਦਾ, ਅਤੇ ਮਾਨ ਸਾਹਿਬ ਨੇ ਸਾਨੂੰ ਉਹ ਵੀ ਯਕੀਨ ਦਵਾਇਆ ਕਿ ਪਹਿਲਾ ਸਰਪੰਚ ਬਣ ਕੇ ਪਹਿਲਾ ਮਤਾ ਸਾਡੇ ਟੋਬੇ ਦਾ ਪਊਗਾ ਜੀ। ਉਹਨਾਂ ਨੂੰ ਪਵਾਵਾਂਗੇ ਵੀ ਪਿੰਡ ਦਾ ਕਰਕੇ, ਇਹਨਾਂ ਨੇ ਕਿਹਾ ਵੀ ਏਕਾ ਕਰਕੇ ਜੋ ਵੀ 5 ਲੱਖ ਰੁਪਈਆ ਜੋ ਆਪਣੇ ਸਰਕਾਰ ਨੇ ਕਿਹਾ ਤਾਂ ਸਰਬ ਸੰਮਤ ਮਿਲ ਸਕੇ। ਦੇਖੋ ਗੱਲ ਇਹ ਜੀ, ਹੁਣ ਮਿਲ ਕੇ ਪਿੰਡ ਧੜਿਆਂ 'ਚ ਵੰਡਿਆ ਜਾਂਦਾ ਜੀ। ਹੁਣ 5 ਸਾਲ ਮਿਲ ਕੇ ਅਸੀਂ ਭਾਈਚਾਰਾ ਆਪ ਦੇ ਵਿੱਚ ਰਹਿਣਾ, ਕੇਰਾਂ ਜਦੋਂ ਸਰਪੰਚੀ ਵਿੱਚ ਖੜਦੇ ਨੇ 5 ਸਾਲ ਇੱਕ ਦੂਜੇ ਦਾ ਮੂੰਹ ਪਰਾਂ ਹੋ ਜਾਂਦਾ ਜੀ, ਕਿਉਂਕਿ ਮਿਲ ਕੇ ਵਿਰੋਧ ਤਾਂ ਵਧਦੀ ਆ। ਭਾਈਚਾਰਾ ਅਸੀਂ ਪਿੰਡ ਦੇ ਵਿੱਚ ਇਕੱਠੇ ਰਹਿਣਾ ਚਾਹੁੰਦੇ ਹਾਂ, ਇਸ ਕਰਕੇ ਸਰਬ ਸੰਮਤੀ ਅਸੀਂ ਸਾਰੇ ਜਿਹੜੇ ਹੋਰ ਖੜਨਗੇ ਉਹਨਾਂ ਨੂੰ ਵੀ ਅਸੀਂ ਅਲੱਗ ਅਲੱਗ ਜਾ ਕੇ ਘਰ ਬੇਨਤੀ ਕਰਾਂਗੇ ਵੀ ਭਾਈ ਸਾਹਿਬ ਤੁਹਾਨੂੰ ਬਹੁਤ ਟਾਈਮ ਮਿਲ ਗਿਆ, ਇਸ ਵਾਰ ਸਾਨੂੰ ਮਿਲ ਕੇ ਮੌਕਾ ਦਿਓ, ਮਿਲ ਕੇ ਕੋਈ ਜਿਹੜਾ ਮਿਲ ਕੇ ਵਰਟੀਕਲ ਨਾ ਹੋਵੇ ਉਹ ਬੰਦੇ ਨੂੰ ਅਸੀਂ ਖੜਾ ਕਰਕੇ ਚੁਣ ਕੇ ਉਹਨੂੰ ਅਸੀਂ ਪੰਚਾਇਤ ਬਣਾਈਏ। ਸਾਨੂੰ MLA ਸਾਹਿਬ ਨੇ ਇਹ ਸੁਨੇਹਾ ਪਹਿਲਾਂ ਵੀ ਅੱਜ ਵੀ ਦਿੱਤਾ, ਉਹਨਾਂ ਨੇ ਪਹਿਲਾਂ ਵੀ ਦਿੱਤਾ ਸੀ ਵੀ ਪਿੰਡਾਂ ਦੇ ਵਿੱਚ ਜੇ ਸਰਬਸੰਮਤੀ ਹੁੰਦੀ ਆ ਤਾਂ ਉਹਦੇ ਲਈ ਗ੍ਰਾਂਟ ਵੀ ਉਹ ਮਿਲੂਗੀ ਅਤੇ ਬਾਕੀ ਭਾਈਚਾਰਕ ਸਾਂਝ ਵੀ ਵੱਧਦੀ ਆ। ਉਹਦੇ ਨਾਲ ਅਸੀਂ ਇਸੇ ਮਨੋਰਥ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਸਰਬਸੰਮਤੀ ਵੱਲ ਤੁਰੇ ਹਾਂ। ਕਿੰਨੇ ਪਰਿਵਾਰ ਅੱਜ ਜਿਹੜੇ ਆਪ ਚ ਸ਼ਾਮਲ ਹੋਏ? ਅੱਜ ਕਾਫੀ ਹੋਏ ਨੇ ਜੀ, ਅਕਾਲੀ ਦਲ ਚੋਂ ਵੀ ਆਏ ਨੇ, ਕਾਂਗਰਸ ਚੋਂ ਵੀ ਆਏ ਨੇ, ਕਾਫੀ ਪਰਿਵਾਰ ਉਹਨਾਂ ਦੇ। ਕਿਵੇਂ ਮੰਚ ਆਇਆ ਕਿ ਆਮ ਪਾਰਟੀ ਚ? 16-17 ਪਰਿਵਾਰ ਆਏ ਨੇ। ਮੰਚ ਤਾਂ ਇਹ ਆਇਆ ਜੀ ਕਿਉਂਕਿ MLA ਸਾਹਿਬ ਦੀ ਪ੍ਰੇਰਨਾ ਜਿਹੜੀ ਸਾਰੇ ਪਰਿਵਾਰਾਂ ਨੂੰ ਆਪਾਂ ਨੇ, ਅਸੀਂ ਨੇ ਵੀ ਜਾ ਕੇ ਸਾਰੇ ਨੇ ਮਿਹਨਤ ਕੀਤੀ ਆ। ਆਮ ਆਦਮੀ ਪਾਰਟੀ ਸਰਕਾਰ ਦੀ ਬਹੁਤ ਵਧੀਆ ਰਹੀ ਆ, ਪਰ ਬਿਲਕੁਲ ਹੋਣਗੇ ਜੀ, ਅਸੀਂ ਆਪਣੀ ਪੰਚਾਇਤ ਵਧੀਆ ਬੰਦੇ ਚੁਣਾਂਗੇ, ਪੜ੍ਹੇ ਲਿਖੇ ਸੂਝਵਾਨ। ਇਹਦੇ ਵਿੱਚ ਸਰ MLA ਸਾਹਿਬ ਨਾਲ ਪਹਿਲਾਂ ਨਿੱਜੀ ਤੌਰ 'ਤੇ ਵੀ ਗੱਲਬਾਤ ਹੋਈ ਸੀਗੀ, ਕਿਉਂਕਿ ਇਹ ਸਰਕਾਰ ਇੱਕ ਨੇਕ ਉਪਰਾਲਾ ਕਰ ਰਹੀ ਆ, ਕਿਉਂਕਿ ਪਿੱਛੇ ਜੇ ਪਿੰਡਾਂ ਵਿੱਚ ਸੁਨਪਤੀ ਆ ਜਿਹਨੀਆਂ ਧਾਰਨਾਵਾਂ ਚੱਲਦੀਆਂ ਸਨ,
ਵੀ ਤੈਂ ਮੇਰੀ ਬਾਂਹ ਵੱਢੀ ਮੈਂ ਤੇਰੀ ਲੱਤ ਵੱਢੂ ਵਾਲੀ ਧਾਰਨਾ ਨੂੰ ਨਕਾਰਦੇ ਹੋਏ ਇਹ ਕਹਿੰਦੇ ਆਪਾਂ ਸਰਵਪੱਖੀ ਵਿਕਾਸ ਅਤੇ ਪਿੰਡ ਦਾ ਭਾਈਚਾਰਾ ਅਤੇ ਏਕੇ ਨੂੰ ਬਰਕਰਾਰ ਰੱਖਣ ਲਈ ਹੀ ਆਪਾਂ ਕੁਛ ਉਪਰਾਲੇ ਕਰਾਂਗੇ। ਇਸ ਲਈ ਬਹੁਤ ਸ਼ੋਰਟ ਨੋਟਿਸ ਦੇ ਉੱਤੇ MLA ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਥੋੜ੍ਹੇ ਜਿਹੇ ਸੱਦੇ ਦੇ ਉੱਤੇ ਪਿੰਡ ਦੇ ਸਾਰੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਪਿੰਡ ਦੇ ਵਿੱਚ ਇੱਕ ਸੁਸੱਜੇ ਵਰਕਰਾਂ ਨੂੰ ਅਤੇ ਸੇਵਾਦਾਰਾਂ ਨੂੰ ਮੂਹਰੇ ਕੀਤਾ। Coaching point in IELTS and spoken English. Also expert in study and visitor visa. Government approved. SS Group. Session Chowk, Hoshiarpur.